ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮੁ ਅਲੈਕੁਮ ਵੇਰਿਓ, ਤੁਸੀਂ ਆਪਣਾ ਸਰਕੀਆਂ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਨਿਸ਼ਾਨ। ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਤੇ ਨਵੀਂ ਤੇ ਅੱਛੀ ਤੋਂ ਅੱਛੀ ਵੀਡੀਓ ਲੈ ਕੇ ਜ਼ਰੂਰ ਵੀਜ਼ਾ। ਉਮੀਦ ਕਰਨਾ ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ। ਵੀਡੀਓ ਨੂੰ ਲਾਈਕ ਵੀ ਕਰ ਦਿਓ, ਵੀਡੀਓ ਨੂੰ ਸ਼ੇਅਰ ਵੀ ਕਰ ਦਿਓ, ਔਰ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਔਰ ਬੈਲ ਆਈਕਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ। ਵੀਡੀਓ ਜਿਹੜੀ ਬਣਾਉਣ ਲੱਗੀਆਂ ਵੀਡੀਓ ਇਸ ਤਰ੍ਹਾਂ ਹੈ, ਇਸ ਚਿਹਰੇ ਤੋਂ ਜਿਹੜਾ ਨਾ ਸਾਰੇ ਦੋਸਤ ਬਾਪ ਬਾਹੂ ਵੀ ਵਾਕਫ ਨੇ ਕਿ ਬਸ ਸਿਲਸਿਲਾਵਾਰ ਵੀਡੀਓ ਜਿਹੜਾ ਹੈ ਨਾ ਇਹ ਸੋਮਵਾਰ ਵਾਲੇ ਦਿਨ ਭਾਈ ਗੁਲਸ਼ੇਰ ਨੰਬਰਦਾਰ ਦੀ ਵੀਡੀਓ ਅਪਲੋਡ ਹੁੰਦੀ ਪਈ ਹੈ। ਬਾਕੀ ਵੀਡੀਓ ਦਾ ਐਡਰੈਸ ਅੰਜੇ ਕਿ ਜ਼ਿਲ੍ਹਾ ਤਹਿਸੀਲ ਗੁਜਰਾਤ ਹੈ ਔਰ ਪਿੰਡ ਜਿਹੜਾ ਜੀ ਇਹਨਾਂ ਦਾ ਟਿੱਬੀ ਸਿੰਘ ਲੋਕੇਸ਼ਨ ਹਰ ਵੀਡੀਓ 'ਚ ਦੱਸੀ ਜੀ। ਕਿਸੇ ਵੀ ਭਰਾ ਹੋਣਾ ਹੋਵੇ ਗੁਜਰਾਤ ਤੋਂ ਜਿਹੜਾ ਰੋਡ ਨਿਕਲਦਾ ਨਾ ਪੁਰਾਣਾ ਢੇਂਗਾ ਰੋਡ, ਉਸ ਰੋਡ ਦੇ ਉੱਤੇ ਆਉਣੇ ਤਾਂ ਅੱਗੇ ਪਿੰਡ ਆਉਂਦਾ ਚੇਚੀਆਂ, ਚੇਚੀਆਂ ਤੋਂ ਰਸਤਾ ਢਲਦਾ ਕਿ 1 ਕਿਲੋਮੀਟਰ ਤੋਂ ਬਾਅਦ ਜਿਹੜਾ ਨਾ ਇਹਨਾਂ ਦਾ ਪਿੰਡ ਆਉਂਦਾ, ਇਹੀ ਇਹਨਾਂ ਦੀ ਲੋਕੇਸ਼ਨ ਤੇ ਬਾਕੀ ਜਿਹੜੀ ਗੱਲਬਾਤ ਡੰਗਰਾਂ ਦੀ ਉਹ ਸਾਰੀ ਇਨਸ਼ਾਅੱਲਾ ਇੱਕ ਇੱਕ ਤੇ ਜਾ ਕੇ ਤਫਸੀਲ ਜਿਹੜੀ ਹੈ ਇਹ ਭਾਈ ਗੁਲਸ਼ੇਰ ਤੋਂ ਪੁੱਛ ਰਹੇ ਨੇ, ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਨਾ ਇਹ 5 ਨੇ ਜਾਨਵਰ ਜਿਹੜੇ ਲੱਗਣੇ ਨੇ ਜਿਨ੍ਹਾਂ 'ਚੋਂ 4 ਝੋਟੀਆਂ ਨੇ ਔਰ 1 ਬੈੜੀ ਜਿਹੜੀ ਹੈ ਨਾ 5 ਜਿਹੜਾ ਨਾ ਇਹ ਸੱਜੇ ਸੋਈਆਂ ਨੇ। ਇਨਸ਼ਾਅੱਲਾ ਉਮੀਦ ਕਰਾਂਗਾ ਕਿ ਜਿੱਥੇ ਜਿੱਥੇ ਵੀ ਭਰਾ ਬਹਿ ਕੇ ਵੀਡੀਓ ਵੇਖਣਗੇ ਨਾ ਹਮੇਸ਼ਾ ਦੀ ਵੀਡੀਓ ਦੀ ਤਰ੍ਹਾਂ ਜਿਹੜਾ ਨਾ ਅੱਜ ਜਿਹੜੀ ਵੀਡੀਓ 'ਚ ਵੀ ਮਾਲ ਔਰ ਮੁੱਲ ਉਹ ਇਨਸ਼ਾਅੱਲਾ ਭਰਾਵਾਂ ਨੂੰ ਪਸੰਦ ਆਵੇਗਾ। ਬਾਕੀ ਮਾਲ ਪਸੰਦ ਆਵੇ ਨੰਬਰ ਸਕਰੀਨ ਤੇ ਲਾ ਜਾਣਾ, ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੇ ਪੈਨ ਕਰ ਲੈਣਾ। 12 ਜੋ ਸੋਮਵਾਰ ਹੈ, ਤਾਰੀਖ ਵੀ ਬਣਦੀ ਹੈ 1 ਜੁਲਾਈ 2024। ਬਾਕੀ ਅੱਲਾ ਪਾਕ ਰੱਖੇ ਹੈਰ ਤੇ ਬਿੱਲਾ ਟੱਕੀ ਜਿਹੜਾ ਨਾ ਵੀਡੀਓ ਕਰਨੇ ਆ ਜੀ ਸ਼ੁਰੂ। ਬਿਲਕੁਲ ਤਾਜ਼ੀਆਂ ਨੇ, 2 ਮੱਝਾਂ ਦੇ ਗੋਲੇ ਬਣਦੇ ਨੇ ਤੇ ਕਾਂ ਦਾ ਵੀ ਗੋਲਾ ਬਣਦਾ। ਠੀਕ ਹੋ ਗਿਆ ਜਨਾਬ, ਇੱਕ ਮੱਝ ਜਿਹੜੀ ਹੈ ਨਾ ਇਹ ਦਾਜ ਦੁੱਧ ਬਣ ਗਿਆ ਤੇ ਇੱਕ ਮੱਝ ਗੁੱਸਾ ਬਣ ਗਿਆ। ਠੀਕ ਹੋ ਗਿਆ ਜਨਾਬ। ਲੋ ਜੀ ਭਾਈ ਗੁਲਸ਼ੇਰ, ਇੱਕ ਵਾਰੀ ਸਲਾਮ ਦਾ ਕਰੋ ਜੀ ਆਪਣੇ ਚਾਹਣ ਵਾਲਿਆਂ ਨੂੰ। ਭਾਈ ਸਾਰਿਆਂ ਭਰਾਵਾਂ ਨੂੰ ਮੇਰੀ ਤਰਫੋਂ ਚੋਖਾ ਚੋਖਾ ਸਲਾਮ ਹੈ, ਸੋਟੀ ਵਾਰ ਭਰਾਵਾਂ ਨੂੰ, ਦੂਜਿਆਂ ਨੂੰ ਜੀ, ਮੇਰੀ ਸਾਡੀ ਸਾਰੀ ਪੂਰੀ ਟੀਮ ਨੂੰ ਮੇਰੀ ਤਰਫੋਂ ਚੋਖਾ ਚੋਖਾ। ਵੈਰੀ ਗੁੱਡ ਜੀ। ਲੋ ਜੀ, ਦੁਨੀਆਂ ਦੇ ਜਿਸ ਜਿਸ ਮੁਲਕ ਔਰ ਜਿਸ ਜਿਸ ਖਿੱਤੇ ਵਿੱਚ ਬਹਿ ਕੇ ਵੀਡੀਓ ਵੇਖਦੇ ਹੋ ਨਾ, ਚਾਹਤ ਮੁਹੱਬਤ ਲੱਗਣ ਦਾ ਜਿਹੜਾ ਨਾ ਇਹ ਜਨਾਬ ਸ਼ੁਕਰੀਆ ਅਦਾ ਕਰਨੇ ਔਰ ਭਾਈ ਗੁਲਸ਼ੇਰ ਦੀ ਤਰਫੋਂ ਔਰ ਮੇਰੀ ਤਰਫੋਂ ਜਿਹੜਾ ਨਾ ਸਾਰਿਆਂ ਨੂੰ ਜਨਾਬ ਸਲਾਮ ਹੈ। ਅੱਲਾ ਪਾਕ ਰੱਖੇ ਹੈਰ। ਵੀਡੀਓ ਲੱਗੀ ਹੈ ਜਨਾਬ ਸ਼ੁਰੂ ਹੋਣ ਤੇ ਹਮੇਸ਼ਾ ਦੀ ਤਰ੍ਹਾਂ ਜਿਹੜਾ ਨਾ ਅੱਜ ਵਾਲੀ ਵੀਡੀਓ ਵੀ ਜਿਹੜੀ ਹੈ ਐਂਡ ਤੱਕ ਇਹ ਵੀਡੀਓ ਵੇਖਣੀ ਹੈ ਤੇ ਲੈਣੇ ਦੇਣੇ ਨਸੀਬ ਨੇ ਤੇ ਇਨਸ਼ਾਅੱਲਾ ਸ਼ੌਕ ਵੀ ਪੂਰਾ ਹੋਵੇਗਾ ਔਰ ਵੀਡੀਓ ਵੇਖਣ ਦਾ ਜਿਹੜਾ ਸਵਾਦ ਹੈ ਨਾ ਉਹ ਵੀ ਜ਼ਰੂਰ ਆਵੇਗਾ। ਨੰਬਰ 1 ਝੋਟੀ ਆ ਗਈ ਜਨਾਬ ਭਰਾਵਾਂ ਦੇ ਸਾਹਮਣੇ ਜਿਹੜਾ ਨਾ ਕੈਮਰੇ ਦੀ ਅੱਖ ਨਾਲ ਝੋਟੀ ਦੀ ਤਸੱਲੀ ਬਲਾਲ ਨੇ ਕਰਾ ਸਕਣੀ ਔਰ ਇੱਕ ਇੱਕ ਅੰਗ ਜਿਹੜਾ ਝੋਟੀ ਦਾ ਵੇਖਣਾ ਭਰਾਵਾਂ ਨੇ ਨਜਾ ਕੇ ਲੈਣੇ ਦੇਣੇ ਜਿਹੜਾ ਨਾ ਇਹ ਨਸੀਬ ਨੇ ਨਾਸਾਂ ਤੋਂ ਲੈ ਕੇ ਪੈਰਾਂ ਦੀਆਂ ਖਰਣੀਆਂ ਤੱਕ ਜਿਹੜਾ ਨਾ ਇਹ ਝੋਟੀ ਵੇਖਣੀ ਹੈ। ਮਾਸ਼ਾਅੱਲਾ ਜੀ, ਲੋਜੀ ਭਾਈ ਗੁਲਸ਼ੇਰ ਸੁਭਾ ਕੇ ਲਿਆ ਜੇ ਝੋਟੀ ਨੇ ਜੀ ਦੂਸਰੇ ਸੂਸਰੀ ਜੀ। ਠੀਕ ਹੈ, ਅੱਜ ਚੌਥਾ ਪੰਜਵਾਂ ਦਿਨ ਜੀ ਇਹਨੂੰ ਸੁਣਿਆ। ਠੀਕ ਹੈ, ਮਗਰ ਇਹਦੇ ਪਈ ਕੱਟੀ। ਮਾਸ਼ਾਅੱਲਾ ਜੀ, ਦੋ ਹੋ ਗਈਆਂ ਨਾ। ਲੋ ਜੀ, ਦੂਜਨ ਜਨਾਬ ਝੋਟੀ ਤੇ ਫਿਰ ਨਸਲ ਔਰ ਬਰੀਕੀਆਂ ਜਿਹੜੀਆਂ ਨੇ ਨਾ ਮੈਂ ਕਹਿੰਦਾ ਭਾਈ ਮੱਝ ਉਹ ਜਿਹੜੀ ਭਰਾਵਾਂ ਦੇ ਸਾਹਮਣੇ ਆ ਗਈ ਭਾਈ ਜੀ, ਬਿਲਕੁਲ ਜਨਾਬ ਕਰੀਏ ਜੀ ਬਿਲਕੁਲ।
ਜਿਹੜਾ ਵੀ ਭਰਾ ਲੈ ਕੇ ਜਾਏ ਨਾ ਤੇ ਚੋਣੀ ਚੁੰਗਣੀ ਜਿਹੜਾ ਨਾ ਉਹਨਾਂ ਦੇ ਨਸੀਬਾ ਜੇ ਕਰੇ ਤੇ ਫਿਰ ਛੋਟੀ ਛੋਟੀ ਜਿਹੜਾ ਝੋਟੀ ਨੂੰ ਜਨਾਬ ਸਹੀ ਲੱਗੀ ਹੈ ਹੱਡੀਆਂ ਕੱਚ ਦੀਆਂ ਜਿਹੜਾ ਨਾ ਚੈੱਕ ਕਰਨੀਆਂ ਨੇ ਫਿਰ ਇੱਕ ਹੱਡੀ ਦੇ ਵਿੱਚ ਮਾਸ਼ਾਅੱਲਾ ਝੋਟੀ ਹੋਵੇਗੀ ਔਰ ਪੁੱਠੇ ਦੀ ਚੜਾਈ ਔਰ ਲਬਾਸ ਦੀ ਚੜਾਈ ਔਰ ਲੰਬਾਈ ਜਿਹੜਾ ਨਾ ਤੇ ਝੋਟੀ ਦੀ ਜਨਾਬ ਚੈੱਕ ਕਰਨੀ ਹੈ ਮਗਰ ਵੀ ਤੇ ਤੇ ਮਾਸ਼ਾਅੱਲਾ ਚੱਕੀ ਹੈ ਦੋ ਮੁਬਾਰਕਾਂ ਜਿਹੜਾ ਨਾ ਇਹ ਬਣਦੀਆਂ ਨੇ ਤੇ ਫਿਰ ਗਾੜੀ ਵੀ ਜਿਹੜੀ ਹੈ ਭਾਈ ਜਸੀਅਰ ਚੰਗੀ ਹੋਵੇ ਮੈਂ ਕਹਿੰਦਾ ਚੰਗੀ ਗਾੜੀ ਵੀ ਹੋਵੇ ਦੀ ਪਛਾੜੀ ਵੀ ਹੋਵੇ ਦੀ ਭਾਈ ਜੀ ਸ਼ਾਨ ਅੱਜ ਚੌਥਾ ਪੰਜਵਾਂ ਦਿਨ ਨੇ ਮੱਝ ਸੂਈ ਨੂੰ ਠੀਕ ਹੈ ਜਿਸ ਭਰਾ ਮੇਰੇ ਦਾ ਦਿਲ ਕਰਦਾ ਹੋਵੇ ਜੀ ਮੇਰੇ ਘਰ ਆ ਜੇ ਆਪਣੇ ਘਰ ਮੰਗਵਾ ਲੇ ਠੀਕ ਹੈ ਮੱਝ ਹਾਜ਼ਰ ਮੌਕਿਆ ਮੌਜੂਦਾ ਹਾਲਤ ਦੇ ਵਿੱਚ ਮੇਰੀ ਗੱਲ ਸੁਣੋ 15 ਤੋਂ 16 ਲੀਟਰ ਦੁੱਧ ਚਵਾਏ ਉਹਦੀ ਨਿਕਲਦੀ ਜਾ ਰਾਜ਼ੀ ਆ ਤੇਰੇ ਤੋਂ ਦੋਵੇਂ ਸੋਟਾਂ ਨੇ ਬੇਸ਼ੱਕ ਆਪਣੇ ਘਰ ਲੈ ਜਾਓ ਬੇਸ਼ੱਕ ਆਪਣੇ ਘਰ ਲੈ ਜੇ ਜੀ ਬੇਸ਼ੱਕ ਮੇਰੇ ਕੋਲ ਆ ਜੇ ਠੀਕ ਹੋ ਗਿਆ ਜੇ ਸਮਝ ਲਾ ਪਸਮਾ ਚਵਾ ਠੀਕ ਹੈ ਦੁੱਧ ਜਿਹੜਾ ਪਿਆ ਦੱਸਣਾ ਜੀ ਭਾਈ ਜੇ ਸਮਝ ਪੂਰਾ ਨਾ ਕਰੇ ਭਾਈ ਸਮਝ ਤਾਂ ਮੁੱਲ ਸਾਈਆਂ ਦੀ ਝੋਟੀ ਕੋਲੇ ਜਨਾਬ ਦੁੱਧ ਮੌਜੂਦ ਹੈ ਸਿੰਘ ਜਿਹੜਾ ਨਾ ਇਹ 96 ਲੋ ਜੀ ਇੱਕ ਨੰਬਰ ਤੇ ਝੋਟੀ ਹੋ ਗਈ ਹੈ ਮੁਕੰਮਲ ਮੁੱਲ ਹੀ ਹੈ ਪੁੱਛਣਾ ਤੇ ਲੇਕਿਨ ਝੋਟੀ ਆ ਗਈ ਹੈ ਨੰਬਰ 2 ਜਿਹੜਾ ਨਾ ਮਿਨੀ ਝੋਟੀ ਦੇ ਜੋੜਾ ਜਿਹੜਾ ਨਾ ਇਹ ਝੋਟੀਆਂ ਦਾ ਭਰਾਵਾਂ ਨੂੰ ਵਖਾਣਾ ਨਸੀਬ ਨੇ ਬੂਟੀਆਂ ਜਿਹੜੀਆਂ ਨੇ ਨਾ ਇਹ ਮਾਸ਼ਾਅੱਲਾ ਜਨਾਬ ਝੋਟੀਆਂ ਦੋਵਾਂ ਨੇ ਕਿ ਮੁੱਛ ਜਿਹੜਾ ਨਾ ਇਹ ਦੋ ਝੋਟੀਆਂ ਦੀ ਜਨਾਬ ਬੱਗੀ ਹੈ ਔਰ ਦੂਜਣਾ ਝੋਟੀਆਂ ਦਾ ਮਾਸ਼ਾਅੱਲਾ ਜੀ ਜੋੜਾ ਇਹ ਦੂਜਣਾ ਝੋਟੀਆਂ ਦਾ ਮੇਲਾ ਜਿਹੜਾ ਨਾ ਇਹ ਭਰਾਵਾਂ ਨੇ ਜਨਾਬ ਚੈੱਕ ਕਰਨਾ ਹੁਸਨ ਨਸਲ ਔਰ ਨੂਰ ਜਿਹੜਾ ਨਾ ਇਹ ਮਾਸ਼ਾਅੱਲਾ ਜੀ ਦੋਵਾਂ ਝੋਟੀਆਂ ਦੇ ਵਿੱਚ ਕੈਟਾਗਰੀਆਂ ਜਿਹੜੀਆਂ ਨੇ ਇਹ ਪੂਰੀਆਂ ਬਣ ਗਈਆਂ ਭਾਈ ਗੁਰਸ਼ੇਰ ਇਹ ਢੇਰੀ ਦੇ ਮਗਰ ਵੀ ਕੱਟੀ ਹੈ ਨਾ ਢੇਰੀ ਦੇ ਮਗਰ ਭਾਈ ਕੱਟੀ ਹੈ ਠੀਕ ਹੈ ਕੱਲ ਰਾਤ ਨੂੰ ਸੂਈ ਹੈ ਠੀਕ ਹੈ ਇਹਦਾ ਆਈਏ ਬੋਲਾ ਬਣੀ ਵੈਰੀ ਗੁੱਡ ਜੀ ਆਈਏ ਬੋਲੇ ਵਿੱਚ ਨਾ ਮਾਸ਼ਾਅੱਲਾ ਜਨਾਬ ਕੱਲ ਰਾਤ ਦੀ ਜਿਹੜਾ ਜਨਾਬ ਝੋਟੀ ਨੰਬਰ 2 ਜਿਹੜੀ ਢੇਰੀ ਹੈ ਨਾ ਇਹ ਜਨਾਬ ਸੂਈ ਹੈ ਆਈਏ ਹਾਜ਼ਰ ਇਸ ਝੋਟੀ ਕੋਲੇ ਜਨਾਬ ਬੋਲਿਆ ਤੇ ਲਿਓ ਜੀ ਝੋਟੀ ਜਿਹੜੀ ਹੈ ਨਾ ਢੇੜੀ ਇੱਕ ਵਾਰੀ ਫੇਰ ਬਲਾਲ ਨੂੰ ਤਕਾਣ ਦਿਓ ਤਾਂ ਕਿ ਵਹਾਣ ਵਿੱਚ ਛਾ ਕੇ ਜਿਹੜਾ ਨਾ ਇਹਦੀ ਛੱਡਣਾ ਲੈਣੇ ਦੇਣੇ ਜਿਹੜਾ ਨਾ ਇਹ ਨਸੀਬ ਨੇ ਮੁੱਚ ਪੱਗੀ ਹੈ ਔਰ 5 ਕਲਿਆਣ ਵੀ ਜਿਹੜਾ ਨਾ ਇਹ ਮਾਸ਼ਾਅੱਲਾ ਝੋਟੀ ਬਣਦੀ ਫਿਰ ਲਬਾਸ ਦੀ ਖੂਬਸੂਰਤੀ ਜਿਹੜਾ ਨਹੀਂ ਔਰ ਜਿਹੜਾ ਝੋਟੀ ਨੂੰ ਖਾਣ ਲੱਗੇ ਆ ਨਾ ਇਹ ਵੀ ਮਾਸ਼ਾਅੱਲਾ ਚੈੱਕ ਕਰਨਾ ਦੋਹਰਾ ਔਰ ਮੁੱਠ ਮੁੱਠ ਔਰ ਰੁਕ ਰੁਕ ਦਾ ਜਿਹੜਾ ਨਾ ਇਹ ਮਾਸ਼ਾਅੱਲਾ ਜਨਾਬ ਝੋਟੀ ਨੂੰ ਖਾਣ ਲੱਗੇ ਆ ਭਾਈ ਗੁਰਸ਼ੇਰ ਇਹਦੀਆਂ ਕਿੰਨੀਆਂ ਚੁਆਈਆਂ ਕੀਤੀਆਂ ਭਾਈ ਜੀ ਇਹ 3 ਚੁਆਈਆਂ ਕੀਤੀਆਂ ਜੇ ਚੌਥੀ ਚੁਆਈ ਆ ਵੈਰੀ ਗੁੱਡ ਜਨਾਬ ਲੋ ਜੀ ਬੋਲੇ ਜੇ ਸਿਰਫ 3 ਚੁਆਈਆਂ ਕੀਤੀਆਂ ਨੇ ਚੌਥੀ ਚੁਆਈ ਜਿਹੜਾ ਨਾ ਇਸ ਝੋਟੀ ਦੀ ਕਰਨੀ ਹੈ ਮਾਸ਼ਾਅੱਲਾ ਫਿਰ ਹੁਸਨ ਜਿਹੜਾ ਨਾ ਕੱਚੀ ਜਿਹੜੀ ਹੈ
ਚੰਗੀ ਹੁੰਦੀ ਹੈ। ਬੜਾ ਸੋਹਣਾ ਹੋਵੇਦਾ ਭਾਈ, ਸਵਾਹ ਬੜਾ ਸੋਹਣਾ ਹੋਵੇਦਾ। ਠੀਕ ਹੈ, ਮੌਕੇ ਤੇ ਮੱਝੀ ਕੋਲੇ ਬੋਲਾ ਬੋਲਾ ਜੀ, ਹਾਜ਼ਰ ਮੌਕੇ ਤੇ ਚੌਥੀ ਚਵਾਈ ਮਾਈ ਦੀ ਹੁਣ ਕਰਨੀ। ਠੀਕ ਹੈ, ਅੱਜ ਸਮਾਂ ਜਿਸ ਵੀ ਭਰਾ ਦੀ ਤਮੰਨਾ ਚਾਹੇ ਹੁਣ ਵੀ 13-14 13-14 ਸਿਰ ਬੋਲਾ ਸਾਰੀ ਮੱਝੀ ਕੋ। ਮਾਸ਼ਾਅੱਲਾ ਜੀ, ਚੌਥੀ ਚਵਾਈ, ਚੌਥੀ ਚਵਾਈ, ਵੈਰੀ ਗੁੱਡ ਜਨਾਬ। ਉਹ ਸਨ ਵੀ ਹੈ, ਨਸਲ ਵੀ ਹੈ ਭਾਈ, ਬਲਾਲ ਕੱਟੀ ਤੇ ਬਿਮਾਰੀ ਤੇ ਨਾੜੂ ਛਾੜੂ ਤੇ ਬਿਮਾਰੀ, ਨਾੜੂ ਵੀ ਬਹਾ ਚੜਨੇ ਤੇ ਕੱਟੀ ਵੀ ਜਿਹੜੀ ਹੈ ਨਾ, ਉਹ ਵੀ ਭਰਾਵਾਂ ਨੂੰ ਤਕਾ ਦੇਣੀ ਤੇ ਫਿਰ ਭਾਈ ਕੋਈ ਚਿਹਰ ਜਿਸ ਦਾ ਥਾਣੇ ਇੰਜੀ ਚਵਾ ਕਹਿਣਾ, ਮੋਟਾ ਚਵਾ। ਠੀਕ ਹੈ, ਸੋਹਣਾ ਪਸਮਾ, ਮਾਸ਼ਾਅੱਲਾ ਜੀ, ਘੱਟ ਮੱਝਾਂ ਨੂੰ ਇਸ ਤਰ੍ਹਾਂ ਦਾ ਭਈਆ ਜੀ ਲੱਗੇਗਾ, ਮਾਸ਼ਾਅੱਲਾ ਜੀ, ਚਵਾ ਪਸਮਾ। ਫਿਰ ਮੈਂ ਕਹਿਣਾ ਕੋਈ ਵੀ ਬੰਦਾ ਆਵੇ, ਉਹ ਇਹ ਗੱਲ ਆਖੇ ਵਾ ਮੱਝਾਂ ਦਾ ਪਸਮਾ ਮੇਰੀ ਮਰਜ਼ੀ ਦਾ ਨਹੀਂ। ਠੀਕ ਹੈ, ਜਾਂ ਚਵਾ ਮੇਰੀ ਮਰਜ਼ੀ ਦਾ ਨਹੀਂ। ਠੀਕ ਹੈ, ਫਿਰ ਵੀ ਭਾਈਆ ਜੀ ਜਿਹੜਾ ਡੰਡ ਲਾਏ ਚੱਲਣ ਵਾਸਤੇ ਤਿਆਰ। ਵੈਰੀ ਗੁੱਡ ਜੀ, ਲਾ ਚਵਾ ਪਸਮਾ ਜਿਹੜਾ ਹੈ ਨਾ, ਇਹ ਮਾਸ਼ਾਅੱਲਾ ਜੀ ਸੋਨੇ ਹਾਰ ਜਿਹੜਾ ਹੈ ਨਾ, ਇਹ ਹੋਵੇਗਾ। ਫਿਰ ਲਫਾਸ ਦੀ ਚੌੜਾਈ ਜਿਹੜੀ ਹੈ ਨਾ, ਇਹ ਵੀ ਭਰਾਵਾਂ ਨੇ ਚੈੱਕ ਕਰਨੀ। ਫਿਰ ਚਾਰੇ ਥਾਣਾ ਮਾਸ਼ਾਅੱਲਾ ਜੀ ਰੁਕ ਰੁਕ ਦਾ ਜਿਹੜਾ ਨਾ। ਫਿਰ ਮੇਰੀ ਗੱਲ ਸੁਣੋ ਭਾਈ ਜੀ, ਸ਼ਾਨ ਗੱਲਾਂ ਤੇ ਕਰੀ, ਉਹਦਾ ਫਾਇਦਾ ਕੋਈ ਨਾ ਹੁੰਦਾ। ਬਿਲਕੁਲ ਜਨਾਬ, ਮਛਲੀ ਵੱਖੀ ਸਾਰੀਆਂ ਹੀ ਕੈਟਾਗਰੀਆਂ ਤੇ ਫਿਰ ਝੋਟੀ ਦਾ ਪੁੱਠਾ, ਸਾਰੀਆਂ ਮਜ਼ਾ ਨੂੰ ਇੰਜ ਦਾ ਨਹੀਂ ਲੱਗਦਾ, ਨਹੀਂ ਲੱਗਦਾ ਵੀ ਪੁੱਠੇ ਦੀ ਚੜਾਈ ਹੋਵੇਗੀ ਅੱਡੀ ਇੱਕ ਦੇ ਵਿੱਚ ਜਿਹੜਾ ਹੈ ਨਾ, ਤੇ ਮਾਸ਼ਾਅੱਲਾ ਝੋਟੀ ਹੋਵੇਗੀ ਮੁੱਛ ਬੱਗੀ ਏ ਲਬਾਸ ਦੇ ਵਿੱਚ। ਦੇਖ ਲੋ ਨਾ ਕਿੰਨੀ ਕਿੰਨੀ ਵੱਖੀ ਜਿਹੜੀ ਹੈ ਜੀ, ਬਿਲਕੁਲ ਉਹ ਬਲਾਲ ਕੈਮਰੇ ਚ ਜਿਹੜਾ ਨਾ ਇਹ ਵਹਾਂਦਾ ਪਿਆ ਕਿ ਦੋ ਉਂਗਲਾਂ ਰੱਖੀਏ ਨਾ, ਵੱਖੀ ਚੁੱਪ ਜਾਂਦੀ, ਵੱਖੀ ਧੁੰਨੀ ਕੋੜੀ ਦਾ ਜਿਹੜਾ ਨਾ ਇਹ ਜਨਾਬ ਝੋਟੀ ਨੂੰ ਨਿਸ਼ਾਨ ਹੈ। ਸੋ ਜੀ ਬਲਾਲ ਇੱਕ ਵਾਰੀ ਵਹਾ ਕੇ ਫਿਰ ਝੋਟੀ ਇੱਕ ਨੰਬਰ ਤੇ ਜਿਹੜਾ ਨਾ ਜੇ ਆਮਣਾ ਕਿ ਇਹਦਾ ਵੀ ਲਫਾਸ ਥਣ ਜਿਹੜਾ ਨਾ ਇਹਦੀ ਤਸੱਲੀ ਭਰਾਵਾਂ ਨੂੰ ਕਰਾਣੀ ਹੈ ਕਿ ਗਾੜੀ ਪਛਾੜੀ। ਮਾਸ਼ਾਅੱਲਾ ਜੀ, ਇਸ ਝੋਟੀ ਦੀ ਜਿਹੜਾ ਨਾ ਚੈੱਕ ਕਰਨੀ ਲੋ ਜੀ, ਦੁੱਧ ਦੇ ਕੋਲ ਹਾਜ਼ਰ ਮੌਕੇ ਜਨਾਬ 15-16 ਕਿਲੋ ਜਿਹੜਾ ਨਾ, 15 ਕਿਲੋ ਦੀ ਗਰੰਟੀ ਦੀ ਉਹਨਾਂ ਦੀ। ਠੀਕ ਹੈ, ਜਿਸ ਜਣੇ ਦਾ ਦਿਲ ਚਾਹੇ ਉਹ ਘਰ ਵੀ ਆਵੇ ਘਰ ਮੰਗਵਾਏ। ਵੈਰੀ ਗੁੱਡ ਜਨਾਬ, ਇਹ ਸਮਝ ਇਹਦੇ ਵਿੱਚੋਂ ਮੈਂ ਦੁੱਧ 14 ਕਰੇ ਤੇ ਮੁੱਲ ਸਾਈਆਂ ਦੀ ਮਰਜ਼ੀ। ਪੁੱਛ ਰੋ ਬਾਬਾ ਸ਼ੇਰਾ, ਅਦਰ ਭਾਈ ਬਲਾਲ ਇੱਕ ਵਾਰੀ ਕੱਟੀ ਵਾਲ ਵੀ ਵਿਖਾਈਓ, ਅੱਜ 5ਵਾਂ ਦਿਨ ਸੁ। ਮਾਸ਼ਾਅੱਲਾ ਜੀ, ਮਗਰ ਇੱਕ ਨੰਬਰ ਤੇ ਵੀ ਕੱਟੀਏ ਤੇ 2 ਨੰਬਰ ਤੇ ਵੀ ਮਗਰ ਜਿਹੜਾ ਨਾ ਇਹ ਕੱਟੀ ਲੋ ਜੀ, ਲਾਲੇ ਦੀ ਜਾਨ ਬਿਸਮਿਲਾ ਪੜੋ ਜੀ, ਹੁਣ ਕਿਸੇ ਭਰਾ ਨੂੰ ਪਸੰਦ ਆਵੇ ਨਾ। ਇਹ ਨੰਬਰ ਇੱਕ ਝੋਟੀ ਜਿਹੜੀ ਹੈ ਨਾ ਜਨਾਬ ਨੇ ਕਿੰਨੇ ਦੀ ਦੇ ਛੱਡਣੀ ਹੈ ਭਾਈ ਜੀ? ਸ਼ਾਨ ਮਾਲ ਲਿਆ ਵੀ ਦਾ ਵੇਚਣ ਵਾਸਤੇ ਜੀ, ਬਿਲਕੁਲ ਜਨਾਬ, ਜਿਸ ਤਰ੍ਹਾਂ ਮਗਰੋਂ ਮਾਲ ਲੱਭੇ ਨਾ। ਠੀਕ ਹੈ, ਗੱਲ ਹੁੰਦੀ ਉਸ ਤਰ੍ਹਾਂ ਜੀ, ਬਿਲਕੁਲ, ਜਿਸ ਭਰਾ ਦੇ ਮੱਝ ਆ ਜੇ ਪਸੰਦ। ਠੀਕ ਹੈ, ਮੁੱਲ ਲਾਣ ਨੂੰ ਜਿੰਨਾ ਦਿਲ ਬੰਦਾ ਪਿਆ ਲਾਏ ਉਹਦਾ ਫਾਇਦਾ ਕੋਨੀ। ਮੱਝ ਘੀਕ ਤਨ ਪੇ ਫਿਰੀਏ ਤੇ ਦਿਲ ਚ ਤੇ 8-10 ਲੱਖ ਰੁਪਇਆ ਲੈ ਕੇ ਵੀ ਪੇ ਫਿਰੀਏ ਨਾ ਜੀ, ਤੇ ਮੱਝ ਅੱਗੇ ਇੰਜ ਦੀ ਨਾ ਚੜੇ ਜੀ, ਬਿਲਕੁਲ। ਦੇਖੋ ਇਹ ਹੀ ਧੰਦਾ ਨਾ ਜੀ, ਬਿਲਕੁਲ। ਤੇ 12 ਲੱਸਾਂ ਲਿਆਂਦੀ ਹੈ ਵੇਚਣ ਵਾਸਤੇ, ਗੱਲ ਉਹ ਹੀ ਕਰਨੀ ਚਾਹੀਦੀ ਹੈ ਪੱਕੀ ਪੀੜੀ ਫਾਈਨਲ ਫਾਈਨਲ ਜਿਹੜਾ। ਵੈਰੀ ਗੁੱਡ, ਜਿਸ ਭਰਾ ਦੇ ਝੋਟੀ ਆ ਜੇ ਭਾਈ ਜੀ ਸ਼ਾਨ ਪਸੰਦ, ਉਹਨੂੰ ਝੋਟੀ ਦਿਆਂਦੇ 6,45,000 ਤੇਰੇ ਤੋਂ। ਜਿਸ ਭਰਾ ਨੂੰ ਪਸੰਦ ਆ ਵੇਲੋ ਜੀ ਝੋਟੀ 6,40,000 45,000 ਰੁਪਏ ਦੀ ਝੋਟੀ ਦੇ ਸਕਣੀ ਹੈ। ਤੇ ਭਾਈ ਗੁਰਸ਼ੇਰ ਦੇਖੋ ਕਿ ਚਵਾਈਆਂ 2-3 ਤੇ ਦਸਾਂ ਦੀਆਂ ਘਰ ਲਈਆਂ, ਤੇ ਇੱਕ ਚਵਾਈ ਕਰੀਏ ਨਾ ਤੇ ਮੱਝ ਦਿਸਦੀ ਔਰ ਮੱਝ ਬੋਲਦੀ ਹੈ ਕਿ ਮੈਂ ਦੁੱਧ ਕਿੰਨਾ ਚਵਾ ਦੇ। ਮੈਂ ਕਹਿੰਦਾ ਵਾ ਭਾਈ ਜੀ ਸ਼ਾਨ, ਬਹੁਤੀਆਂ ਬੰਦਾ ਕਰੇ ਤੇ ਉਹਦਾ ਫਾਇਦਾ ਕੋਈ ਨਹੀਂ ਜੀ, ਬਿਲਕੁਲ। ਇੱਕ ਮੱਝ ਤੇ ਇੱਕ ਢੇੜੀ ਮੱਝ। ਠੀਕ ਹੈ,
35 ਕਿਲੋ ਦੀ ਗਰੰਟੀ ਦੇ ਮੱਝਾਂ ਦੇਣ ਦਾ, ਜਿਸ ਜਣੇ ਦਾ ਦਿਲ ਏ ਮੱਝਾਂ ਲੈ ਜੇ ਜੀ ਠੀਕ, ਜਿਸ ਜਣੇ ਦਾ ਦਿਲ ਏ ਮੱਝਾਂ ਲੈ ਜੇ ਪੈਸੇ ਤੁਹਾਡੇ ਕੋਲ ਤਰ ਸੜੇ, ਮੇਰੀਆਂ ਮੱਝਾਂ ਦਿਹਾੜੇ ਅੱਠਾਂ ਬਾਅਦ ਦੁੱਧ ਪੂਰਾ ਕਰਨ, ਮੈਂ ਪੈਸਿਆਂ ਦਾ ਹੱਕਦਾਰ ਨੀ, ਤੇ ਇੱਕ ਦੇ ਦੇ ਜੇ ਤੇ ਇੱਕ ਦੇ ਖਾ ਜਾ, ਰਾਜ਼ੀ ਆ ਤੇਰੇ ਦਿਲੋਂ ਜੀ। ਜੋੜੀ ਜਨਾਬ ਝੋਟੀਆਂ ਦੀ ਜਿਹੜਾ ਨਾ ਨੰਬਰ, ਇੱਕ ਤੇ ਹੋ ਗਈ ਏ 6,40,545,000, ਔਰ ਅੱਗੇ ਜਨਾਬ ਝੋਟੀ ਨੰਬਰ 2 ਜਿਹੜੀ ਏ ਨਾ ਢੇੜੀ, ਜਨਾਬ ਚੌਥੀ ਚੁਆਈ ਜਿਹੜਾ ਨਾ ਇਸ ਝੋਟੀ ਦੀ ਹੋਣ ਹੋਣੀ ਏ, 3 ਚੁਆਈਆਂ ਜਿਹੜੀਆਂ ਨੇ ਇਹ ਕੀਤੀਆਂ ਨੇ ਮਾਸ਼ਾਅੱਲਾ, ਹਾਈਟ ਵੇਲ ਸਨ ਸਨਾਪ ਮਾਸ਼ਾਅੱਲਾ, ਝੋਟੀ ਦਾ ਚੈੱਕ ਕਰਨਾ ਤੇ ਲਾਲੇ ਦੀ ਜਾਨ, ਕਿੰਨੇ ਦੀ ਜਨਾਬ ਨੇ ਝੋਟੀ ਦੇ ਸਕਣੀ ਏ? ਇਹ ਕਿਸੇ ਵੀ ਭਰਾ ਦੇ ਝੋਟੀ ਆ ਜੇ ਭਾਈ ਜੀ ਸ਼ਾਨ ਪਸੰਦ, ਠੀਕ ਏ, ਝੋਟੀ ਉਹਨੂੰ ਦੇ ਸਕਣਾ ਦੇ 5,65,000 ਰਾਜ਼ੀ ਆ ਤੇਰੇ ਦਿਲੋਂ ਜੀ, 5,65,000 ਔਰ 6,45,000 ਇਹ ਜਨਾਬ ਹੋ ਗਿਆ ਜੇ ਟੋਟਲ 12,10,000 ਬਣਦਾ ਨਾ, ਇੰਨੇ ਬਣਦਾ ਲੋ ਜੀ ਭਾਈ ਕੁਛ ਹੋਰ। ਹੁਣ ਜੇ ਕੋਈ ਭਰਾ ਜੋੜਾ ਲਵੇ ਦੇ ਜੀ ਜੀ, ਜੋੜੇ ਦੀ ਡਿਸਕਾਊਂਟ ਵੀਡੀਓ ਵਿੱਚ ਕਰਨੀ ਹੈ, ਜੋੜਾ ਜਨਾਬ ਨੇ ਕਿੰਨੇ ਦਾ ਦੇ ਸਕਣਾ? ਲੋ ਜੀ ਜਿਹੜਾ ਵੀ ਭਰਾ ਜੋੜਾ ਮੱਝਾਂ ਦਾ ਲੇ ਨਾ ਜੀ, ਉਹਨੂੰ ਕਿਰਾਇਆ ਮੇਰੀ ਤਰਫ ਹੋਵੇ, ਰਾਜ਼ੀ ਆ ਤੇਰੇ ਤੇ ਜਿੱਥੇ ਵੀ ਜਾਣ, ਮੈਂ ਕਹਿਣਾ ਜੀ ਜਿੱਥੇ ਵੀ ਜਾਣ ਕਿਰਾਇਆ ਮੇਰੀ ਤਰਫ ਹੋ। ਸ਼ਰੋ ਬੱਬਰ ਸ਼ੇਰਾ ਲੋ ਜੀ, ਡਿਲੀਵਰੀ ਜਿਹੜੀ ਹੈ ਨਾ ਡੋਰ ਤੋਂ ਡੋਰ ਤੱਕ ਜਿਹੜਾ ਨਾ ਇਹ ਭਾਈ ਗੁਰਸ਼ੇਰ ਦੀ ਤਰਫ ਹੋਵੇਗੀ, ਜਿਹੜਾ ਵੀ ਭਰਾ ਜੋੜਾ ਜਿਹੜਾ ਨਾ ਇਹ ਲਵੇਗਾ। ਅੱਗੇ ਆ ਗਈ ਜੀ ਝੋਟੀ ਜਿਹੜੀ ਹੈ ਨਾ ਜਨਾਬ ਨੰਬਰ 3 ਦੇ ਜਿਹੜਾ ਨਾ ਮਾਸ਼ਾਅੱਲਾ ਜਨਾਬ ਥਣ ਇਹਦਾ ਵੀ ਚੈੱਕ ਕਰਨਾ ਕਿੰਨੇ ਦੀ ਫੜੀ ਹਾਰ, ਔਰ ਮਾਸ਼ਾਅੱਲਾ ਚਾਰੇ ਥਣ ਜਿਹੜਾ ਨਾ ਇਹ ਬਰਾਬਰ ਗਾੜੀ ਦਾ ਵੀ ਔਰ ਪਛਾੜੀ ਦਾ ਵੀ ਤੇ ਕੱਚੀ ਸੋਈ ਜਿਹੜਾ ਮੈਂ ਕਹਿੰਦਾ ਭਾਈ ਇਹ ਕਾਲੀ ਮੱਝ ਸੋਈ ਹੈ, ਠੀਕ ਹੈ, ਲਾਚਵਾ ਮਾਈ ਦੇ ਬੜਾ ਸੋਹਣਾ ਕੱਢਿਆ, ਠੀਕ ਹੈ, ਪਸਮਾ ਮਾਈ ਦਾ ਬੜਾ ਸੋਹਣਾ ਜੀ, ਇੱਕ ਕੱਲ ਸੁਬਹਾ ਦੇ ਟਾਈਮ ਉੱਤੇ ਬੋਲੀ ਕੱਢੀ ਹੈ ਤੇ ਪਿਛਲੇ ਪੈਰੇ ਦਾ ਬੋਲਾ ਕੱਢ ਲੋ ਜੀ, ਦੋ ਹੀ ਚੁਆਈਆਂ ਹੋਈਆਂ ਨੇ, ਇਹ ਮਾਈ ਪੁੜਿਆਂ ਤੋਂ ਵੀ ਦਿਸਦੀ ਹੈ ਜੀ, ਬਿਲਕੁਲ ਜੀ ਦਿਸਦੇ ਵੀ ਹੈ, ਇਹ ਪੁੜੇ ਜਿਹੜਾ ਨਾ ਤੇ ਉਂਝ ਬਹੁਤ ਚੰਗੀ ਜੀ ਮੱਝ ਹੈ, ਬਹੁਤ ਨਸਲ ਜ਼ਾਤ ਵਾਲੀ ਮੱਝ ਹੈ, ਆਈਏ ਸਮਝ, ਠੀਕ ਹੈ, ਜਿਸ ਤਰ੍ਹਾਂ ਦਾ ਮਾਈ ਦਾ ਥਾਣੇ, ਸੋਹਣਾ ਪਸਮਾ, ਸੋਹਣਾ ਚੁਆ ਜੀ, ਬਿਲਕੁਲ ਵੰਡ ਵੇਤਰ ਜੀ, ਆਈਏ ਸਮਝ, ਉਹ ਭਰਾਵਾਂ ਦੇ ਸਾਹਮਣੇ ਖੜਾ ਜਿਹੜਾ ਨਾ, ਮੈਂ ਕਹਿੰਦਾ ਧੁੰਨੀ ਕੋਲੀ ਵੀ ਭਰਾਵਾਂ ਦੇ ਸਾਹਮਣੇ ਅਸੀਂ ਪੇ ਕਰੀ ਉਹਦਾ ਜੀ, ਬਿਲਕੁਲ, ਤੇ ਇਹ ਵੀ ਜਨਾਬ 5 ਕਲਿਆਣ ਮਾਸ਼ਾਅੱਲਾ ਜੀ, ਮਗਰ ਕੱਟੀ ਹੈ ਨਾ ਜੀ ਭਾਈ, ਇਹਦੇ ਵੀ ਮਗਰ ਕੱਟੀ ਤੇ ਕੱਟੀ ਵੀ 5 ਕਲਿਆਣ ਜਿਹੜਾ ਨਾ ਮਾਸ਼ਾਅੱਲਾ, ਲੋ ਜੀ ਬਲਾਲ ਇੱਕ ਵਾਰੀ ਨਾੜੂ ਵੀ ਤੇ ਕੱਟੀ ਵਿਖਾ ਦੇਣੀ ਹੈ ਕਿ 5 ਕਲਿਆਣ ਜਿਹੜਾ ਨਾ ਮਾਸ਼ਾਅੱਲਾ ਮਗਰ ਇਹਦੇ ਕੱਟੀ, ਲੋ ਜੀ ਭਾਈ ਗੁਸ਼ੇਰ ਪਹਿਲੀ ਚੁਆਈ ਦੇ ਠੀਕ ਗੋਲੀ ਚੁਆਈ ਇਹਦੇ ਕੋਲ ਭਾਈ, ਪਹਿਲੀ ਚੁਆਈ ਚ ਕੱਟੀ ਨੂੰ ਰਜਾ ਕੇ ਕੁਆਟ ਨੂੰ ਫਿਰ ਗੋਲੀ ਕੱਢੀ, ਠੀਕ ਹੈ, ਦੇਖੋ ਗੱਲ ਤੇ ਕਰਨੀ ਚਾਹੀਦੀ ਹੋ ਜੀ, ਬਿਲਕੁਲ, ਜਿਹੜੀ ਪਿਛਲੇ ਟਾਈਮ ਕੱਲ ਚੁਆਈ ਕੀਤੀ ਹੈ ਨਾ ਜੀ, ਉਹ ਅਗਲੇ ਦੋਵੇਂ ਥਣੇ ਨੂੰ ਬੱਚੇ ਨੇ ਚੰਗਾਏ ਨੇ ਗਾੜੀ ਵਾਲੇ, ਗਾੜੀ ਵਾਲੇ, ਠੀਕ ਹੈ, ਛਾੜੀ ਫੜ ਕੇ ਚੁਈ ਜੇ 4 ਕਿਲੋ ਗੋਲਾ ਨਾ ਜਿਹੜਾ ਭਾਈ, ਉਹ ਚੁਆਇਆ ਦੂਜੀ ਚੁਆਈ, ਦੂਜੀ ਚੁਆਈ, ਵੈਰੀ ਗੁੱਡ ਜਨਾਬ, ਤੇ ਹੁਣ ਤੀਸਰੀ ਚੁਆਈ ਜਿਹੜਾ ਨਾ ਇਸ ਮੱਝੀ ਦੀ ਕਰਨੀ ਹੈ, ਨੰਬਰ ਜਿਹੜੀ ਹੈ ਨਾ ਜੀ ਮੱਝ 3, ਕੈਮਰੇ ਦੇ ਸਾਹਮਣੇ ਜਿਹੜਾ ਨਾ ਬਲਾਲ ਪਿਆ ਤਸੱਲੀ ਕਰਾਉਂਦਾ ਤੇ ਲੈਣੇ ਦੇਣੇ ਜਿਹੜਾ ਨਾ ਇਹ ਨਸੀਬ ਨੇ, ਲੋ ਜੀ ਭਾਈ ਗੁਰਸ਼ੇਰ ਮੱਝ ਜਿਹੜੀ ਹੈ ਨਾ ਜੀ ਨੰਬਰ 3 ਇਹ ਕੱਚੀ ਸੂਈ, 2 ਚੁਆਈਆਂ ਹੋਈਆਂ ਨੇ, ਤੀਸਰੀ ਚੁਆਈ ਕਰਨੀ ਹੈ ਤੇ ਬਲਾਲ ਇਹ ਬਟਨ ਵੀ ਤੇ ਥਣ ਵੀ ਜਿਹੜਾ ਨਾ ਇਹ ਭਰਾਵਾਂ ਨੂੰ ਤਕਾਸਣ ਨੇ ਕਿੰਨੇ ਦੀ ਜਨਾਬ ਨੇ ਮੱਝ ਦੇ ਸਕਦੇ? ਕਿਸੇ ਵੀ ਭਰਾ ਦੇ ਭਾਈ ਜੀ ਸ਼ਾਨ ਮੱਝ ਆ ਜੇ ਨਾ ਪਸੰਦ ਜੀ, ਮੱਝ ਉਹਨੂੰ ਦਿਆਂਗੇ 5,20,000 ਰਾਜ਼ੀਆਂ ਤੇਰੇ ਤੋਂ, ਜਿਸ ਭਰਾ ਨੂੰ ਪਸੰਦ ਆਵੇ 5,20,000 ਰੁਪਏ ਦੀ ਮੱਝ ਜਿਹੜੀ ਹੈ ਨਾ ਇਹ ਦੇ ਸਕਣੀ ਹੈ ਜਨਾਬ। ਨੰਬਰ ਜਿਹੜੀ ਹੈ ਨਾ ਜੀ 3 ਤੇ ਲਿਆਓ ਜੀ, ਅੱਗੇ ਖੋਲੋ ਜੀ, ਜਾ ਫਿਰ ਬਹੁ ਜਿਹੜਾ ਨਾ ਨੰਬਰ 4 ਔਰ ਆਖਰੀ ਮੱਝ ਜਿਹੜਾ ਨਾ ਇਹਦੇ ਤੋਂ ਬਾਅਦ ਇੱਕ ਵਹਿੜੀ ਜਿਹੜੀ ਹੈ ਨਾ ਉਹ ਵੀ ਭਰਾਵਾਂ ਨੂੰ ਤਕਾਣੀ ਹੈ, ਜ਼ਿਲ੍ਹਾ
ਤਹਿਸੀਲ ਇਹ ਗੁਜਰਾਤ ਹੈ ਔਰ ਪਿੰਡ ਜਿਹੜਾ ਜੀ ਜਨਾਬ ਦਾ ਟਿੱਬੀ ਸਿੰਘ ਜਿਹੜਾ ਨਾ ਇਹ ਸੋਮਵਾਰ ਵਾਲੇ ਦਿਨ ਭਾਈ ਗੁਲਸ਼ੇਰ ਨੰਬਰਦਾਰ ਦੀ ਜਿਹੜਾ ਨਾ ਇਹ ਵੀਡੀਓ ਤੁਸੀਂ ਵੇਖਦੇ ਪਏ ਕਿ ਮਾਸ਼ਾਅੱਲਾ ਹਰ ਵਾਰ ਜਿਹੜਾ ਤਕਰੀਬਨ ਚਾਰ ਪੰਜ ਛੇ ਜਿਹੜਾ ਨਾ ਇਹ ਜਾਨਵਰ ਵੀਡੀਓ ਦੇ ਵਿੱਚ ਹੁੰਦੇ ਨੇ ਲੋਜੀ ਭਾਈ ਗੁਲਸ਼ੇਰ ਅੱਗੇ ਆ ਗਈ ਮਾਂ ਜਿਹੜੀ ਨਾ ਨੰਬਰ ਚਾਰ ਕਿੰਨੇ ਕੁ ਦਿਨਾਂ ਦੀ ਮਾਇਸ਼ ਹੋਈ ਹੈ ਮੌਕੇ ਤੇ ਮੱਝੀ ਕੋਲੇ ਬੱਚੇ ਨੂੰ ਪਿਆ ਕੇ 11 ਕਿਲੋ 12 ਕਿਲੋ 11 ਕਿਲੋ ਦੁੱਧ ਮਾਸ਼ਾਅੱਲਾ ਜੀ ਬੱਚੇ ਨੂੰ ਦੇ ਕੇ ਚੋਣ ਬੱਚੇ ਨੂੰ ਦੇ ਕੇ ਇੱਕ ਥਣ ਚੁਆਈ ਵਾਲਾ ਪਿਛਲਿਆਂ ਮਾਲਕਾਂ ਤੇ ਜ਼ਿਆਦਾ ਦੱਸਿਆ ਆ ਲੇਕਿਨ ਮੈਂ ਜਿਹੜਾ ਚੋਇਆ ਮੈਂ ਉਹਦੀ ਗੱਲ ਕਰਾਂ ਵੈਰੀ ਗੁੱਡ ਜੀ ਜਿਹੜਾ ਚੋ ਲਿਆ ਔਰ ਜਿਹੜਾ ਕਿਸੇ ਨੂੰ ਚੁਆ ਲੈਣ ਗਿਆ ਜਿਹੜਾ ਉਹ ਸਵੇਰੇ ਸ਼ਾਮੀ ਭਰਾ ਜਿੱਥੋਂ ਵੀ ਆਵੇ ਨਾ ਆ ਕੇ ਆਪਣਾ ਦੁੱਧ ਜਿਹੜਾ ਨਾ ਜੀ ਉਹ ਬੇਸ਼ੱਕ ਤਸੱਲੀ ਕਰ ਲੈਣੀ ਹੈ ਭਾਈ ਗੁਲਸ਼ੇਰ ਕਿਤੇ ਮਗਰ ਬੱਚਾ ਕੱਟਿਆ ਨਾ ਇਹਦੇ ਮਗਰ ਭਾਈ ਠੀਕ ਹੋ ਗਿਆ ਲੋ ਜੀ ਪਹਿਲੀਆਂ ਤਰੋਂ ਦੇ ਮਗਰ ਜਿਹੜਾ ਨਾ ਇਹ ਕੱਟੀਆਂ ਨੇ ਤੇ ਨੰਬਰ ਚਾਰ ਦੇ ਮਗਰ ਜਿਹੜਾ ਨਾ ਇਹ ਬੱਚਾ ਕੱਟਾ ਜਿਹੜਾ ਨਾ ਭਾਈ ਗੁਲਸ਼ੇਰ ਮੱਝ ਜਨਾਬ ਕਿਸੇ ਭਰਾ ਨੂੰ ਪਸੰਦ ਆਵੇ ਨਾ ਕਿੰਨੀ ਦੀ ਜਨਾਬ ਨੇ ਮੱਝ ਦੇ ਸਕਣੇ ਕਿਸੇ ਵੀ ਭਰਾ ਦੇ ਮੱਝ ਆ ਜੇ ਭਾਈ ਜੀ ਸ਼ਾਨ ਪਸੰਦ ਤੇ ਮੱਝ ਉਹਨੂੰ ਦਿਆਂਗੇ 4,85,000 ਚਾਰਾ ਜੀਆਂ ਤੇਰੇ ਤੋਂ ਜਿਸ ਤਰ੍ਹਾਂ ਖਰੀਦੀ ਹੈ ਨਾ ਮੈਂ ਕਹਿੰਦਾ ਗੱਲ ਹੀ ਭਾਈ ਜੀ ਉਸ ਤਰ੍ਹਾਂ ਹੁੰਦੀ ਅਸੀਂ ਕੁਝ 5-10,000 ਤੇ ਵਜਾ ਰਹੇ ਹਾਂ ਜੀ ਬਿਲਕੁਲ ਜਿਸ ਤਰ੍ਹਾਂ ਮਾਲ ਮਗਰੂ ਖਰੀਦ ਹੁੰਦੀ ਹੈ ਗੱਲ ਹੁੰਦੀ ਉਸ ਤਰ੍ਹਾਂ ਵੈਰੀ ਗੁੱਡ ਜਨਾਬ ਜਿਸ ਭਰਾ ਨੂੰ ਪਸੰਦ ਆਵੇ 4,80,000 ਤੇ 5,85,000 ਰੁਪਈਏ ਦੇ ਜਨਾਬ ਮਾਈ ਨੰਬਰ ਜਿਹੜੀ ਹੈ ਨਾ ਚਾਰ ਉਹ ਦੇ ਸਕਣੀ ਹੈ ਅੱਜ ਦੀ ਵੀਡੀਓ ਦੀ ਆਖਰੀ ਮਾਈ ਤੇ ਅੱਗੇ ਜਨਾਬ ਆ ਗਈ ਨੰਬਰ 5 ਤੇ ਵਿਹੜੀ ਜਿਹੜੀ ਹੈ ਨਾ ਇਹ ਇਸ ਵੀਡੀਓ ਦੇ ਵਿੱਚ ਵਿਹੜੀ ਜਿਹੜੀ ਹੈ ਨਾ ਤੇ ਕਦੇ ਕਦੇ ਜਿਹੜਾ ਨਾ ਇਹ ਵੇਖਣ ਵਾਸਤੇ ਲੱਭਦੀ ਹੈ ਤੇ ਮਾਸ਼ਾਅੱਲਾ ਜਨਾਬ ਵਿਹੜੀ ਵੇਖਣੀ ਹੈ ਭਰਾਵਾਂ ਨੇ ਲੈਣੇ ਦੇਣੇ ਨਸੀਬ ਨੇ ਮੋਨੇ ਔਰ ਗੋਦੀ ਵਾਲੀ ਵਿਹੜੀ ਜਿਹੜਾ ਹੈ ਨਾ ਇਹ ਜਨਾਬ ਪ੍ਰਿੰਟ ਔਰ ਲਿਬਾਸ ਤੇ ਪਤਲੀ ਗਾਂ ਨੂੰ ਲੱਗੇ ਮਾਸ਼ਾਅੱਲਾ ਜੀ ਵਿਰਲੀ ਵਿਰਲੀ ਜਿਹੜਾ ਜਨਾਬ ਗਾਵਾਂ ਲੱਭਣਗੀਆਂ ਕਿ ਜਿਹੜਾ ਇਸ ਵੈੜੀ ਨੂੰ ਥਣ ਲੱਗਿਆ ਔਰ ਪਛਾੜੀ ਦਾ ਵੀ ਜਿਹੜਾ ਨਾ ਥਣ ਵੀ ਚੈੱਕ ਕਰਨਾ ਤੇ ਫਿਰ ਮਾਸ਼ਾਅੱਲਾ ਜਗ੍ਹਾ ਲਿਬਾਸ ਵੈੜੀ ਕੋਲੇ ਇਹ ਵੀ ਚੈੱਕ ਕਰਨਾ ਭਾਈ ਗੁਲਸ਼ੇਰ ਕਿੰਨੇ ਦਿਨਾਂ ਦੀ ਵੈੜੀ ਸੋਈ ਹੈ ਇੱਕ ਭਾਈ ਜੀ ਕੱਲ ਪਰਸੋਂ ਰਾਤ ਦੀ ਵੈੜੀ ਸੋਈ ਠੀਕ ਹੋ ਗਿਆ ਜੀ ਜਨਾਬ ਪਰਸੋਂ ਰਾਤ ਸੋਈ ਹੈ ਫਿਰ ਇੱਕ ਮੁੱਠ ਜਿਹੜਾ ਨਾ ਇਸ ਵੈੜੀ ਦਾ ਜਨਾਬ ਕੰਨ ਤੇ ਫਿਰ ਭੁੱਸਾ ਨਾ ਔਰ ਨਸਲ ਜਿਹੜੀ ਹੈ ਨਾ ਉਹ ਜਨਾਬ ਭਰਾਵਾਂ ਨੇ ਆਪ ਚੈੱਕ ਕਰ ਲੈਣਾ ਕਰਾਸ ਹੈ ਗਰਮੀ ਨਹੀਂ ਮੈਂ ਕਹਿੰਦਾ ਕੋਈ ਗਰਮੀ ਦਾ ਪਤਾ ਕੋਈ ਨਹੀਂ ਸੀ ਅੱਜ 8-10 ਦਿਹਾੜੇ ਹੋ ਗਏ ਨੇ ਮੈਂ ਆਉਂਦੀ ਹੈ ਠੀਕ ਹੈ ਮੱਝਾਂ ਦੇ ਨਾਲ ਹੀ ਖੋਲ ਬੰਨ ਕਰੀ ਦੀ ਕੋਈ ਇਹਨੂੰ ਪਤਾ ਹੀ ਨਹੀਂ ਠੀਕ ਹੋ ਗਿਆ ਜੀ ਕਰਾਸ ਦਾ ਭਾਈ ਸਾਨੂੰ ਨਹੀਂ ਪਤਾ ਗੱਲ ਕਰਨੀ ਚਾਹੀਦੀ ਸਿੱਧੀ ਅਸੀਂ ਤੇ ਥਣ ਵੇਖਿਆ ਤੇ ਰੰਗ ਵੇਖਿਆ ਚੰਗਾ ਲੱਗਾ ਮੈਂ ਲੈ ਦਿਲ ਨੂੰ ਚੰਗੀ ਲੱਗੀ ਹੈ ਤੇ ਉਹ ਇੱਕ ਹੋਰ ਵੀ ਗੱਲ ਹੈ ਜੀ ਇਨਸ਼ਾਅੱਲਾ ਹੁਕਮ ਅੱਲਾ ਦੇ ਨਾਲ ਇਹ ਭਾਈਆ ਬੋਲਾ ਬਣਦਾ ਪਿਆ ਠੀਕ ਹੈ ਤੇ ਹਾਜ਼ਰ ਮੌਕਿਆ ਤੇ ਨਾ ਜੀ ਹਾਜ਼ਰ ਮੌਕਿਆ ਤੇ 15-16 ਲੀਟਰ ਸਾਰੀ ਬੈੜੀ ਕੋਲੇ ਬੋਲਿਆ ਇੰਜ ਬਹਿ ਜਾਓ ਵੈਰੀ ਗੁੱਡ ਜੀ
ਕੋਈ ਵੰਗੇ ਦੀ ਜ਼ਰੂਰਤ ਨੀ, ਦਿਲ ਕਰੇ ਜਣੇ ਦਾ ਤੇ ਵੰਗਾ ਪਾਓ, ਦਿਲ ਕਰੇ ਤੇ ਨਾ ਪਾਓ। ਤੇ ਦੁੱਧ ਵੀ ਆ ਭਰਾਵਾਂ ਦੇ ਸਾਹਮਣੇ, ਜੇ ਬੋਲਾ ਬਣੇ ਦਾ ਤੇ ਉਂਝ ਚਿੱਟਾ। ਜੀ ਬਿਲਕੁਲ ਜੀ, ਦੁੱਧ ਜਿਹੜਾ ਬੋਲ ਹੈ ਨਾ ਜੀ, ਵੀ ਜਨਾਬ ਸਫੈਦ ਚਿੱਟਾ ਤੇ ਫਿਰ ਜੁਆ, ਮਾਸ਼ਾਅੱਲਾ ਜੀ, ਜਾਨੂ ਵੱਖਰਾ ਜਿਹੜਾ ਹੈ ਨਾ, ਇਹ ਵੈੜੀ ਨੂੰ ਜਨਾਬ ਚੁਆ ਲੱਗੀ ਹੈ ਤੇ ਮਗਰ ਵੀ ਇੱਦੇ ਵੱਛੀ ਹੈ, ਔਰ ਵੱਛੀ ਜਿਹੜੀ ਹੈ ਨਾ ਉਹ ਵੀ ਮਾਸ਼ਾਅੱਲਾ ਰੈਡ ਬਰੇਲੀਅਨ ਜਿਹੜਾ ਹੈ ਨਾ ਮਗਰ ਵੱਛੀ ਹੈ। ਜਨਾਬ ਕੱਚੀ ਸੂਈ ਬੋਲੇ ਜਿਹੜਾ ਨਾ ਮਾਸ਼ਾਅੱਲਾ ਜੀ, 15 ਤੋਂ 16 ਲੀਟਰ ਜਿਹੜਾ ਨਾ ਇਹਦੇ ਕੋਲੇ ਬੋਲੇ ਤੇ ਬੁਲਾ ਲੈ ਕੋਈ ਵੱਛੀ ਜਿਹੜੀ ਹੈ ਨਾ ਉਹ ਵੀ ਤਕਾਤਣ ਨੀ ਹੈ ਕਿ ਰੈਡ ਬਰੇਲੀਅਨ ਜਿਹੜਾ ਹੈ ਨਾ ਇਹ ਮਾਸ਼ਾਅੱਲਾ ਜਨਾਬ ਇਹਦੇ ਮਗਰ ਵੱਛੀ ਹੈ। ਲੋ ਜੀ ਭਾਈ ਗੁਰਚੇਰ, ਕਿਸੇ ਭਰਾ ਨੂੰ ਪਸੰਦ ਆਵੇ ਕਿੰਨੇ ਦੀ ਜਨਾਬ ਨੇ ਵੈੜੀ ਦੇ ਸਕਣੀ ਹੈ? ਕਿਸੇ ਵੀ ਭਰਾ ਨੂੰ ਵੈੜੀ ਆ ਜੇ ਪਸੰਦ ਤੇ ਵੈੜੀ ਉਹਨੂੰ ਆਣਾ ਜਿੱਦਿਆਂ ਤੇ 4,55,000 ਦੇ ਰਹੇ। ਭਰਾ ਨੂੰ ਪਸੰਦ ਆਵੇ ਲੋ ਜੀ 4,55,000 ਰੁਪਈਏ ਦੀ ਵੈੜੀ ਜਨਾਬ ਦੇ ਸਕਣੀ ਹੈ। ਆਏ ਬੰਦੇ ਦੀ ਕਦਰ ਔਰ ਪਿਆਰ ਮੁਹੱਬਤ ਜਿਹੜਾ ਨਾ ਇਹ ਜ਼ਰੂਰ ਹੋਵੇਗਾ। ਲੋ ਜੀ ਇੱਕ ਵਾਰੀ ਜੋੜਾ ਜਿਹੜਾ ਨਾ ਜਾਫਰ ਬਹੁ, ਇਹ ਝੋਟੀਆਂ ਦਾ 1 ਨੰਬਰ ਔਰ 2 ਨੰਬਰ ਜਿਹੜਾ ਨਾ ਘੇੜੀ, ਇਹ ਦੋਵੇਂ ਕੱਖੀਆਂ ਜਿਹੜੀਆਂ ਨੇ ਨਾ ਇਹ ਖੋਲ ਕੇ ਭਰਾਵਾਂ ਨੂੰ ਟਕਾਣੀਆਂ ਨੇ। ਫੇਰ ਇੱਕ ਵਾਰੀ ਜਿਹੜਾ ਨਾ ਇਹ ਭਰਾਵਾਂ ਨੂੰ ਸ਼ੋ ਕਰਾਣਾ ਤੇ ਲੈਣੇ ਦੇਣੇ ਜਿਹੜਾ ਨਾ ਧੰਦਾ ਕਰੀਦਾ। ਜੀ ਬਿਲਕੁਲ, ਰੋਜ਼ ਹੀ ਮੱਝਾਂ ਲਿਆਦੀ ਦੀਆਂ ਨੇ। ਜੀ ਬਿਲਕੁਲ, ਉਂਜ ਮੱਝਾਂ ਕਦੇ ਕਦੇ ਲੈ, ਮਾਸ਼ਾਅੱਲਾ ਜੀ, ਰੋਜ਼ ਨਹੀਂ ਲੱਭਦੀਆਂ, ਰੋਜ਼ ਫਰੀ ਦਾ ਧੱਕੇ ਖਾਈਦੇ ਨੇ। ਜੀ ਬਿਲਕੁਲ, ਇਹ ਹੀ ਸ਼ੋਭ ਹੈ ਮਾਸ਼ਾਅੱਲਾ ਜੀ। ਦੇਖੋ ਜੀ ਇਹ ਸਹੇ ਹੈ ਔਰ ਇਹ ਕਰਨਾ। ਜੀ ਬਿਲਕੁਲ, ਜੀ ਬਿਲਕੁਲ, ਮਾਸ਼ਾਅੱਲਾ ਜੀ ਭਾਈ ਗੁਰਸ਼ੇਰ, ਸਾਰੀਆਂ ਕਾਢਾ ਕਰੀਆਂ ਮਾਸ਼ਾਅੱਲਾ ਜੀ, ਮਾਸ਼ਾਅੱਲਾ। ਹੁਸਨ ਵੀ, ਜੀ ਬਿਲਕੁਲ, ਹੁਸਨ ਨੂਰ ਔਰ ਨਸਲ ਮਾਸ਼ਾਅੱਲਾ ਜੀ ਮੁਕੰਮਲ ਜਿਹੜਾ ਹੈ ਨਾ ਇਹਨਾਂ ਝੋਟੀਆਂ ਦੇ ਵਿੱਚ ਜਨਾਬ ਕੈਟਾਗਰੀਆਂ ਜਿਹੜੀਆਂ ਨੇ ਲੱਭਣਗੀਆਂ। ਲੋ ਜਨਾਬ ਜੋੜਾ ਝੋਟੀਆਂ ਦਾ ਫੇਰ ਜਿਹੜਾ ਹੈ ਨਾ ਇੱਕ ਵਾਰੀ ਭਰਾਵਾਂ ਨੂੰ ਟਕਾਇਆ, ਕੱਲੀ ਕੱਲੀ ਵੀ ਵੇਖੀਏ, ਜੋੜੇ ਜੋੜੇ ਦਾ ਵੀ ਜਿਹੜਾ ਹੈ ਨਾ ਇਹ ਸ਼ੋਅ ਕੀਤਾ ਤੇ ਜਨਾਬ ਮੁੱਲ ਇਹਨਾਂ ਦਾ 12,00,000 ਔਰ 10,000 ਰੁਪਈਆ ਡਿਮਾਂਡ ਹੈ ਔਰ ਡਿਲੀਵਰੀ ਜਿਹੜੀ ਹੈ ਨਾ ਇਹ ਭਾਈ ਗੁਲਸ਼ੇਰ ਦੀ ਤਰਫ ਹੋਵੇਗੀ, ਜਿੱਥੇ ਵੀ ਜਿਹੜਾ ਹੈ ਨਾ ਇਹ ਝੋਟੀਆਂ ਜਾਣਗੀਆਂ। ਬਾਕੀ ਅੱਲਾ ਪਾਕ ਰੱਖੇ ਖੈਰ, ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਤੇ ਦਾਦ ਜਿਹੜੀ ਹੈ ਨਾ ਇਹ ਭਾਈ ਗੁਲਸ਼ੇਰ ਨੇ ਅੱਲਾ ਪਾਕ ਰੱਖੇ ਖੈਰ। ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ, ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ। ਨਾਰਾ ਮਾਰਨਾ ਜੀ, ਪਾਕਿਸਤਾਨ ਜ਼ਿੰਦਾਬਾਦ, ਪਾਕ ਫੌਜ ਜ਼ਿੰਦਾਬਾਦ।